ਹਾਂਜੀ ਅੱਜ ਅਸੀਂ ਜਿਹੜੀ ਕਿਰਿਆ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਇੱਕ ਬਿਜਲਈ ਸਰਕਟ ਤਿਆਰ ਕਰਨਾ ਟੂ ਮੇਕ ਐਨ ਇਲੈਕਟ੍ਰਿਕ ਸਰਕਟ ਇਸ ਵੀਡੀਓ ਦੇ ਵਿੱਚ ਤੁਸੀਂ ਜਿਓ ਅਰੇਂਜਮੈਂਟ ਦੇਖ ਰਹੇ ਹੋ ਇਸ ਅਰੇਂਜਮੈਂਟ ਅਸੀਂ ਇੱਕ LED ਬਲਬ ਲਿਆ ਹੋਇਆ ਹੈ LED ਬਲਬ ਦੇ ਦੋ ਸਿਰੇ ਹੁੰਦੇ ਹਨ ਸਾਡੇ ਕੋਲ ਇੱਕ ਟਰਮੀਨਲ ਜਿਹੜਾ ਹੈ ਉਹ ਧੰਡ ਟਰਮੀਨਲ ਹੈ ਦੂਜਾ ਟਰਮੀਨਲ ਜਿਹੜਾ ਹੈ ਉਹ ਰੈਂਡਰਮਲ ਹੈ ਸੋ ਅਸੀਂ ਇੱਕ LED ਬਲਬ ਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਸੋ LED ਬਲਬ ਦਾ ਜਿਹੜਾ ਲੰਬਾ ਪਾਸਾ ਹੈ ਉਹ ਸਾਡੇ ਕੋਲੇ ਦਾ ਧੰਡਰਮਲ ਹੁੰਦਾ ਹੈ ਤੇ ਜਿਹੜਾ ਛੋਟੇ ਵਾਲਾ ਪਾਸਾ ਹੈ ਉਹ ਰੈਂਡਰਮਲ ਹੁੰਦਾ ਹੈ ਇਸੇ ਤਰ੍ਹਾਂ ਇਹਦਾ ਟਰਮਲ ਜਿਹੜਾ LED ਬਲਬ ਸਰਕਟ ਜੁੜਿਆ ਹੋਇਆ ਹੈ ਉਹਦਾ ਧੰਡਰਮਲ ਇਸ ਤਰ੍ਹਾਂ ਹੀ ਹੁੰਦਾ ਹੋਇਆ ਇਸ ਸਵਿਚ ਦੇ ਨਾਲ ਜੁੜਿਆ ਹੈ ਔਰ ਇਸ ਸਵਿਚ ਤੋਂ ਅਗਲੇ ਪਾਸੇ ਹੁੰਦਾ ਹੋਇਆ ਇਸ ਬੈਟਰੀ ਦੇ ਇਸ ਧੰਡਰਮਲ ਨਾਲ ਜੁੜਿਆ ਹੋਇਆ ਹੈ ਭਾਵ ਸਾਡੇ ਕੋਲ ਬਲਬ ਦਾ ਧੰਡਰਮਲ ਪੋਜ਼ਿਟਿਵ ਟਰਨਲ ਬੈਟਰੀ ਦੇ ਪੋਜ਼ਿਟਿਵ ਟਰਨਲ ਨਾਲ ਜੁੜਿਆ ਹੋਇਆ ਹੈ ਇਹ ਬੈਟਰੀ ਅਸੀਂ ਕਿਸ ਤਰ੍ਹਾਂ ਬਣਾਈ ਹੈ ਬੈਟਰੀ ਅਸੀਂ ਦੋ ਸਿਲਾਂ ਨੂੰ ਜੋੜ ਕੇ ਆਪਸ ਵਿੱਚ ਬਣਾਈ ਹੈ ਸਾਨੂੰ ਪਤਾ ਹੈ ਅਸੀਂ ਜਦੋਂ ਦੋ ਜਾਂ ਇਸ ਤੋਂ ਵੱਧ ਸਿਲਾਂ ਨੂੰ ਜੋੜਦੇ ਹਾਂ ਤਾਂ ਇੱਕ ਬੈਟਰੀ ਬਣਦੀ ਹੈ ਸੋ ਸਾਡੇ ਕੋਲ ਇੱਥੇ ਇੱਕ ਸੈੱਲ ਹੈ ਇਹਦਾ ਟੋਪੀ ਵਾਲਾ ਪਾਸਾ ਤੁਹਾਨੂੰ ਪਤਾ ਹੈ ਧੰਡਰਮਲ ਹੁੰਦਾ ਹੈ ਔਰ ਜਿਹੜਾ ਪਲੇਨ ਪਾਸਾ ਹੈ ਉਹ ਰਿੰਨ ਟਰਮੀਨਲ ਹੈ ਇਸੇ ਤਰ੍ਹਾਂ ਇਸ ਬੈਟਰੀ ਦੇ ਇਹ ਟੋਪੀ ਵਾਲਾ ਪਾਸਾ ਧੰਡਰਮਲ ਹੈ ਔਰ ਇਹਦਾ ਰਿੰਨ ਟਰਮੀਨਲ ਅਗਲੇ ਸੈੱਲ ਦੇ ਧੰਡਰਮਲ ਨਾਲ ਜੁੜਿਆ ਹੈ ਸੋ ਅਗਲਾ ਜਿਹੜਾ ਬੈਟਰੀ ਦਾ ਜਿਹੜਾ ਰਿੰਨ ਟਰਮੀਨਲ ਹੈ ਉਹ ਸਾਡਾ ਇਹ ਸਤਾਰ ਹੀ ਹੁੰਦਾ ਹੋਇਆ ਸਾਡੇ ਕੋਲ ਕਿਹਨਾਂ ਜਾ ਰਿਹਾ ਹੈ ਬਲਬ ਦੇ ਰਿੰਨ ਟਰਮੀਨਲ ਸੋ ਸਾਡੇ ਕੋਲ ਬਲਬ ਦਾ ਧੰਡਰਮਲ ਬੈਟਰੀ ਦੇ ਧਨਰ ਨਾਲ ਤੇ ਬਲਬ ਦੇ ਰਿੰਟਰ ਨਾਲ ਬੈਟਰੀ ਦੇ ਰਿੰਟਰ ਨਾਲ ਤੇ ਵਿੱਚ ਇੱਕ ਸਵਿਚ ਲੱਗਾ ਹੈ ਸੋ ਇਸ ਤਰ੍ਹਾਂ ਦੀ ਅਰੇਂਜਮੈਂਟ ਨੂੰ ਆਪਾਂ ਇੱਕ ਸਰਕਟ ਬੋਲਦੇ ਹਾਂ ਸਾਡੇ ਕੋਲ ਸਰਕਟ ਦੋ ਤਰ੍ਹਾਂ ਦੇ ਹੁੰਦੇ ਹਨ ਖੁੱਲਾ ਸਰਕਟ ਤੇ ਬੰਦ ਸਰਕਟ ਇਸ ਸਮੇਂ ਸਾਡੇ ਕੋਲੇ ਖੁੱਲਾ ਸਰਕਟ ਹੈ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਓਪਨ ਸਰਕਟ ਆਖਦੇ ਹਾਂ ਭਾਵ ਇਸ ਵਿੱਚ ਕੋਈ ਵੀ ਕਰੰਟ ਨਹੀਂ ਲੱਗ ਰਿਹਾ ਕਿਉਂਕਿ ਸਾਡੇ ਕੋਲ ਇੱਥੇ ਸਵਿਚ ਜਿਹੜਾ ਹੈ ਉਹ ਆਫ ਹੈ ਸੋ ਹੁਣ ਅਸੀਂ ਇਹਨੂੰ ਸਵਿਚ ਨੂੰ ਆਨ ਕਰਾਂਗੇ ਭਾਵ ਸਾਡੇ ਕੋਲ ਜਿਹੜਾ ਸਰਕਟ ਬਣੇਗਾ ਉਹ ਸਰਕਟ ਬੰਦ ਸਰਕਟ ਹੋ ਜਾਵੇਗਾ ক্লোਜ਼ ਸਰਕਟ ਸੋ ਅਸੀਂ ਇਸ ਸਵਿਚ ਨੂੰ ਔਨ ਕਰਨ ਜਾ ਰਹੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਆਪਾਂ ਸਵਿਚ ਨੂੰ ਔਨ ਕੀਤਾ ਸਾਡੇ ਕੋਲ ਜਿਹੜਾ ਬਲਬ ਹੈ ਉਹ ਜਗਣਾ ਸ਼ੁਰੂ ਹੋ ਗਿਆ ਹੈ ਸੋ ਇਹ ਸਾਡੇ ਕੋਲ ਸਰਕਟ ਕੀ ਹੈ ਇਹ ਸਰਕਟ ਹੈ ਸਾਡਾ ਬੰਦ ਸਰਕਟ ਪਾਓ ক্লোਜ਼ ਸਰਕਟ ਜਦੋਂ ਬਿਲੀ ਧਾਰਾ ਇਸ ਵਿੱਚੋਂ ਲੰਘ ਰਹੀ ਹੈ ਸੋ ਇਹ ਸੀ ਸਾਡੀ ਅੱਜ ਦੀ ਕਿਰਿਆ ਇੱਕ ਬਿਲੀ ਸਰਕਟ ਬਣਾਉਣਾ ਆਸ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਧੰਨਵਾਦ।